ਆ ਭਾਈ ਚੰਦੇ ਮੈਂ ਤੇਰੇ ਨਾਲ ਤਿਆਰ ਆ ਟੁਰਨ ਨੂੰ। ਮੇਰੀ ਘੋੜੀ ਮਾਸ਼ਾਅੱਲਾ ਠੀਕ ਕਰ ਦੇਗਾ ਇਨਸ਼ਾਅੱਲਾ। ਤੇ ਤੂੰ ਗੱਲ ਸੁਣ ਮੇਰੀ, ਉਹ ਜਿਹੜਾ ਤੇਰਾ ਬੱਜਾ ਉਧਰ ਜੇਦੀ ਨੇ ਬੰਨਿਆ ਕਟਾ, ਉਹਦੇ ਛਡਾ ਮੇਰਾ ਵੀਰ ਉਹਨੂੰ 5 ਲੱਖ ਦੇ ਗਏ ਮੋਛੇ ਨੂੰ। ਉੱਥੇ ਧੋਣ ਲਾਰ ਨਾ ਪਹਿਲੇ ਉਧਰ ਕਾਸ਼ੀ ਪੁਹਾਰ ਕੋ 70,000 ਰੁਪਇਆ ਨਾ ਦਿੱਤਾ ਆਈ। ਉਹਦੇ ਵੱਲ ਨਹੀਂ ਜਾ ਮੇਰਾ ਵੀਰ, ਉਹਨਾਂ ਨਾਲ ਲਾ ਪਹਿਲੇ ਲਾਹੌਰ ਕਿਸਨ ਜੂਤਲਾ। ਮੈਂ ਤੇਰੇ ਨਾਲ ਟੁਰਨ ਵਾਸਤੇ ਆ ਗਈ ਹਾਂ, ਤੇਰੇ ਨਾਲ ਮੈਂ ਜ਼ਬਾਨ ਕੀਤੀ ਹੈ ਜਿਹੜੀ ਇਨਸ਼ਾਅੱਲਾ ਤਾਲਾ ਮੇਰੇ ਨਬੀ ਦੇ ਸਦਕੇ ਪੂਰੀ ਹੋਵੇਗੀ। ਜੇ ਮੇਰੀ ਘੋੜੀ ਅੱਲਾ ਨੇ ਠੀਕ ਕਰ ਦਿੱਤੀ ਤੇ ਮੈਂ ਤੇਰੇ ਨਾਲ ਜ਼ਰੂਰ ਟੋਰਾਂਗਾ। ਨਾ ਆਇਆ ਤਾਂ ਮੈਂ ਨਵੀਂ ਲਿਆਵਾਂਗਾ, ਨਵੀਂ ਲਿਆ ਕੇ ਤੇਰੇ ਨਾਲ ਸ਼ੁਕਰ ਕਰਾਂਗਾ। ਤੂੰ ਮੇਰਾ ਵੀਰ ਪੱਠੇ ਪਾ ਤੇ ਜੇਦੀ ਚੰਗੜਾ ਲਿਜਾ। ਉਹ ਬੈਠਗਾ ਮਾਰਦਾ ਮੇਰੇ ਡੇਰੇ ਆਣ ਕੇ, ਉਹ ਕਹਿੰਦਾ ਕੱਢ ਆਪਣੇ ਮੋਛੇ ਨੂੰ ਬਾਹਰ ਤੇ ਮੱਛੀ ਵਾਲੇ ਨੂੰ ਬਾਹਰ ਜਿਨ੍ਹਾਂ ਨੇ ਮਾਫ਼ੀ ਮੰਗੀ ਹੈ। ਤੇ ਮੀਆਂ ਉੱਥੇ ਉਹਨੂੰ ਛਡਾ 5 ਲੱਖ ਭਰ ਕੇ ਜੇਦੀ ਕੋਲੋਂ ਤੇ ਜੇਦੀ ਨਾਲ ਦੌੜਨਾ ਮੰਗ ਕੇ ਲਿਆਉਂਦਾ ਹੱਥ ਪਾਉਂਦਾ ਮੰਗਣ ਵਾਲੇ ਥੱਲੇ ਇਹ ਕੰਮ ਕੀਤਾ ਅਜੇ ਤੇ ਮੈਨੂੰ ਚੱਲ ਕਰ ਦੇਵੇ ਉਹ ਭੋਲੇ ਸ਼ਾਹ ਨੂੰ। ਹੈਂ ਉਹਦੇ ਕਾਸ਼ੀ ਵੱਲ ਜਾ, ਉਹਨੂੰ ਥੱਲੇ ਹਾਰ ਗਏ ਹੋ, ਉਹਨੇ ਥੱਲੇ ਬਿਆਨਾ ਛੱਡਿਆ ਜੇ। ਉਹਨੂੰ ਉੱਧਰ ਜਾ ਕਿਸੇ ਨੂੰ ਜੁੱਤ ਕੇ ਵਿਖਾਓ, ਲਾਹੌਰ ਦੇ ਵਿੱਚ ਕਿਸੇ ਪਿੰਡੀ ਪਿਛੋੜ ਜਾਂ ਰਾਣੂ ਘੋੜਾ ਮੈਂ ਵੇਖਾਂ ਵੀ ਇਹਨੇ ਜੁੱਤਿਆ ਘੋੜਾ ਮੀਆਂ ਸ਼ੇਰ ਜੀ ਨੂੰ ਜਿੱਤ ਕੇ। ਤੇ ਮੈਂ ਤੇਰੇ ਨਾਲ ਤੁਰਨ ਨੂੰ ਤਿਆਰ ਹਾਂ, ਕੋਈ ਗੱਲ ਨਹੀਂ। ਅੱਲਾ ਮੇਰੀ ਘੋੜੀ ਠੀਕ ਕਿੱਦਣ ਕਰ ਦਿੱਤੀ, ਮੈਂ ਤੇਰੇ ਕੋਲ ਆਇਆ ਵੱਜਿਆ ਤੇ ਜਿੱਥੇ ਇਕੱਠ ਕਰਨਾ ਹੀ ਉੱਥੇ ਕਰ ਕੇ ਮੈਨੂੰ ਦੱਸ। ਇਹ ਡਰਾਮੇ ਦਾ ਕਾਰ ਵੀ ਮੈਂ ਖਤਮ ਤੇ ਆਉਣਾ ਸ਼ਾਹ ਜੀ, ਤੁਸੀਂ ਵੀ ਆਉਣਾ। ਤੇ ਮੈਂ ਕਿਹਾ ਠੀਕ ਹੈ ਯਾਰ ਆ ਜਾਵੇ, ਤੇ ਜੇ ਮੈਨੂੰ ਦੱਸਿਆ ਸੀ ਉਹ ਤਾਂ ਮੀਆਂ ਤੇਰੇ ਵਾਸਤੇ ਮੈਂ ਇਕੱਠ ਕੀਤਾ ਆਵੇ, ਤੇ ਜੇ ਮੈਂ ਨਾ ਆਉਂਦਾ ਤਾਂ ਫਿਰ ਮੈਂ ਝੂਠਾ ਦਾ ਭਾਰ ਮੇਰੀਆਂ ਸਾਰੇ ਮਰਗ ਜਾ ਹੋ ਜਾਂਦੀਆਂ। ਇਨਸ਼ਾਅੱਲਾ ਤਾਲਾ ਨਬੀ ਦੇ ਸਦਕੇ ਇਸ ਤਰ੍ਹਾਂ ਕੁਛ ਨਹੀਂ ਬੰਨਾ। ਤੇ ਇੱਟ ਦਾ ਜਵਾਬ ਪੱਥਰ ਦਾ ਲੈਣਾ, ਨਾ ਫੋਨ ਕਰ ਤੇ ਨਾ ਕਰਾ। ਇਹ ਤਾਂ ਮੈਂ ਦੱਸ ਦਵਾਂ, ਜਿਹੜਾ ਖਿਡਾਰੀ ਇਕੱਠੇ ਕਰ ਸ਼ਬਾਜ਼ ਭਾਰ ਨੂੰ ਡੇਰੇ ਦੇ ਆਈ ਆ, ਜਦੋਂ ਮਰਜ਼ੀ ਟਾਈਮ ਕਰ ਲਾ ਉੱਥੇ ਆਣ ਕੇ। ਤੇ ਤੇਰੇ ਨਾਲ ਜੋ ਕਹਿ ਦੇਣਾ ਘੋੜੀ ਮੀਆਂ ਨਾ ਭਜਾ ਦਿਓ, ਤੁਹਾਡੀ ਘੋੜੀ ਠੀਕ ਹੈ ਤੇ ਮੈਂ ਤੇਰੇ ਨਾਲ ਘੋੜੀ ਇਨਸ਼ਾਅੱਲਾ ਤਾਲਾ ਭਜਾ ਲਾਂਗਾ। 4 ਬੰਦੇ ਲਾਹੌਰ ਦੇ ਖਿਡਾਰੀ ਕਹਿਣ ਮੀਆਂ ਘੋੜੀ ਤੁਰਨ ਦੇ ਕਾਬਲ ਹੈ, ਤੇ ਜਿਸ ਵੇਲੇ ਮਰਜ਼ੀ ਆਈ ਆ। ਅਸਲਾਮ ਵਾਲਿਆ ਤੁਮ ਸਭ ਨੂੰ।